ਹਾਂਜੀ ਬਾਈ ਜੀ, ਕੀ ਮੰਗਦੇ ਹੋ ਜੋੜੇ ਦਾ? ਇਹਨਾਂ ਦਾ 13 ਲੱਖ ਜੀ। 13 ਲੱਖ ਜੀ। ਹੁਣ ਵੇਚੋਗੇ ਕਿੰਨੇ ਦੀਆਂ? ਵੇਚੋ ਤੁਸੀਂ ਦੱਸੋ ਜੀ ਕਿੰਨੇ ਲਾਉਂਦੇ ਹੋ। ਹਾਂਜੀ ਬਾਈ ਜੀ, ਕੀ ਮੰਗਦੇ ਹੋ ਜੋੜੇ ਦਾ? ਇਹਨਾਂ ਦਾ 13 ਲੱਖ ਜੀ। 13 ਲੱਖ ਜੀ। ਹੁਣ ਵੇਚੋਗੇ ਕਿੰਨੇ ਦੀਆਂ? ਵੇਚੋ ਤੁਸੀਂ ਦੱਸੋ ਜੀ ਕਿੰਨੇ ਲਾਉਂਦੇ ਹੋ। ਦੂਸਰੀ ਬਿਸ਼ੇਰੀ ਹੈਗੀ ਸਮੁੰਦਰ ਦੀ ਜੀ, ਸਮੁੰਦਰ ਦੀ ਬੱਚੀ, ਉਹਦੀ ਮਾਂ ਸਮੁੰਦਰ ਦੀ ਬੱਚੀ ਆ। ਤੇ ਆਪ ਹੈਗੀ ਆ ਸਾਡੇ ਕੋਲ ਹੀ ਘੋੜਾ ਸੂਰਿਆ ਲੈਣ ਦਾ, ਤੇ ਉਹਦੀ ਬੱਚੀ ਆ ਜੀ। ਹਾਂਜੀ ਹਾਂਜੀ। ਹੁਣ ਵੇਚੋਗੇ ਕਿੰਨੇ ਦੀਆਂ? ਤੁਸੀਂ ਦੱਸੋ ਜੀ। ਨਹੀਂ ਉਹ 13 ਤੁਹਾਡਾ ਸੁਣ ਲਿਆ, 13 ਹੁਣ ਵੇਚਣ ਵਾਲੀ ਗੱਲ ਦੱਸੋ ਵੀ ਇੰਨੇ ਰੁਪਈਆਂ ਦੀਆਂ ਵੇਚੋ, ਤੁਸੀਂ ਦੱਸੋ। ਸਾਫ ਲਫ਼ਜ਼ਾਂ ਚ ਕਹਿ ਦਿਓ ਤੁਸੀਂ ਵੀ ਐਂ ਵੇਚਾਂਗੇ, ਤੁਸੀਂ ਦੱਸੋ। ਅਸੀਂ ਕਹਿ ਦਿੰਦੇ ਜੀ 6.5 ਦੇ ਦਿੰਦੇ। ਨਹੀਂ ਹੋਰ ਫਿਰ ਹੋਰ ਕਿੰਨੇ ਦੀਆਂ? ਫਿਰ ਨਹੀਂ 10-20 ਕਿੰਨੇ ਦੀਆਂ? ਚਲੋ ਐਂ ਦੱਸੋ ਵੀ ਇੰਨੇ ਰੁਪਈਆਂ ਦੀਆਂ ਵੇਚਾਂਗੇ, 10-20 ਘੱਟ ਹੋ ਜੂ। ਕਿੰਨੇ ਦੀਆਂ ਵੇਚ ਕੇ ਰਾਜੀ ਹੋ? ਲਾਸਟ 13-12 ਨੂੰ ਛੱਡੋ, 13-12 ਨੂੰ ਛੱਡੋ, 10-20 ਘੱਟ ਕਰ ਲਓ। ਹਾਂ ਨਾ ਤਾਂ ਜਵਾਬ ਦਿਓ। ਹਾਂ ਨਾ ਹੀ ਆ, 10-20 ਘੱਟ ਕਰ ਲਓ। ਹਲੋ 7 ਲੱਖ ਰੁਪਏ ਦੀਆਂ ਬਛੇਰੀਆਂ ਦੇ? ਨਹੀਂ 7 ਤਾਂ ਪਿੰਡ ਹੀ ਮਿਲਦਾ ਸੀ। ਫਿਰ ਵੇਚੋਗੇ ਕਿੰਨੇ ਦੀਆਂ ਤੁਸੀਂ ਦੱਸੋ? ਬਜਮਈ ਸਾਫ ਕਹਿ ਦਿਓ, ਸਾਫ ਕਹਿ ਦਿਓ ਵੀ ਇਹ ਵੇਚਾਂਗੇ। ਨਹੀਂ ਯਾਰ ਬਾਹਲੇ ਨਾ ਲਾਉਣ ਦਾ, ਜਿੱਥੇ ਤੀਕ ਮੈਂ ਤੈਨੂੰ ਕਿਹਾ ਉਹਨੇ ਲਾਉਣੇ। ਹਾਂ ਕੋਈ ਨਹੀਂ, ਤੇਰੇ ਕਹੇ ਤੋਂ ਪਹਿਲਾਂ ਨਹੀਂ ਮਿਲਾਉਂਦਾ। ਹਾਂ ਨਹੀਂ ਨਹੀਂ 10 ਤੋਂ ਘੱਟ ਨਹੀਂ, 10 ਤੋਂ ਘੱਟ ਨਹੀਂ ਦਿੰਦੇ। ਕਿੰਨੇ ਦੀਆਂ ਵੇਚੋਗੇ? ਹਾਂ ਜਣਾ 10 ਤੋਂ ਘੱਟ ਨਹੀਂ, 10 ਤੋਂ ਘੱਟ ਨਹੀਂ, 10 ਦੀਆਂ ਦੇਵਾਂ ਹੋਰ 10-20 ਕਰ ਦਿੰਨੇ। ਨਹੀਂ ਨਹੀਂ 7-30 ਕਰ ਦਿੰਨੇ। ਵੇਚੋ ਵੇਚਣੀ ਆਏ ਸੀ ਤੁਸੀਂ, ਨਹੀਂ ਨਾ ਖਰੀਦਣਾ। ਹਲੋ ਤੁਸੀਂ ਕਿਹੜਾ ਦੇਣੀ ਹੈ? ਸੱਚ ਗੱਲ ਹੈ ਜਾਂ 7.5 ਦੀਆਂ? ਨਹੀਂ ਨਹੀਂ ਲੈ ਵੀ ਤੂੰ ਵੀ ਤਾਂ ਹੱਥ ਮਾਲਕ ਦਾ, 1-2-3 ਲੈ ਵੀ ਮੋੜੂ ਮਰਾਊ ਤੇ ਮਠਿਆਈ ਹੋ ਛੱਡਦੇ ਹੱਥ। ਲੈ 10 ਘੱਟ ਹੈ। ਨਹੀਂ ਯਾਰ ਜਾ ਰਿਹਾ ਬਸ, ਠੀਕ ਹੈ 10 ਘੱਟ 8 ਦੀਆਂ, ਠੀਕ ਹੈ ਜੀ, ਹੋ ਗਿਆ। ਚਲੋ ਠੀਕ ਹੈ, ਚਲੋ ਠੀਕ ਹੈ ਜੀ, ਹਾਂਜੀ ਠੀਕ ਹੈ ਜੀ, ਹਾਂਜੀ ਆ ਗਏ, ਆ ਜਾਓ ਆ ਜਾਓ, ਇੱਕ ਮਿੰਟ। 7-90 ਦੀਆਂ ਜੀ, 7-90 ਦੀਆਂ, ਹਾਂਜੀ 7-90 ਦੀਆਂ। ਆਪਣੇ ਸੋਲਪੁਰ ਜਲੰਧਰ ਚ। ਹਾਂ ਜਲੰਧਰ, ਜ਼ਿਲ੍ਹਾ ਜਲੰਧਰ ਜੀ। ਕਿਵੇਂ ਰਿਹਾ ਮੇਲਾ ਜੀ? ਠੀਕ ਰਿਹਾ ਜੀ, ਹਾਂਜੀ ਠੀਕ ਆ। ਅੱਜ ਮੰਦਾ ਥੋੜਾ,
ਹਾਂ ਜਿੰਨਾ ਜਿਸ ਹਿਸਾਬ ਨਾਲ ਜਾਨਵਰ ਆ ਉਸ ਹਿਸਾਬ ਨਾਲ ਬੰਦੇ ਆ ਜੀ ਮੇਲਾ ਬੰਦਾ ਹਾਂਜੀ ਕਿੰਨਾ ਕਿ ਟਾਈਮ ਹੋ ਗਿਆ ਤੁਹਾਨੂੰ ਆਉਂਦੇ ਨੂੰ ਘੋੜੇ ਰੱਖਦੇ ਹਾਂ ਤਾਂ ਸ਼ੁਰੂ ਤੋਂ ਆਉਂਦੇ ਉਦਾਂ ਤਿੰਨ ਚਾਰ ਵਾਰੀ ਆਏ ਮੰਡੀ ਹਾਂਜੀ ਹਾਂਜੀ ਜਾਨਵਰ ਲੈ ਕੇ ਜੇ ਮੰਦਾ ਨਾ ਹੁੰਦਾ 12 ਲੱਖ ਰੁਪਏ ਦੀਆਂ ਸੀਗੀਆਂ ਜੀ ਸ਼ੇਰੀਆਂ ਹਾਂਜੀ 12 ਤੋਂ ਘੱਟ ਨਹੀਂ 1 ਰੁਪਏ ਵੀ ਜਾਂਦੇ ਹਾਂਜੀ ਹਾਂਜੀ ਬਸ ਮੰਦੇ ਦਾ ਕਰਕੇ ਹਾਂਜੀ ਹਾਂਜੀ ਚੰਗੇ ਜਾਨਵਰ ਦਾ ਖਰਚਾ ਚੰਗੀਆਂ ਸੀ ਲਹਿਰੀਆਂ ਬਾੜੇ ਦਾ ਜਾਨਵਰ ਕਿਹੜੇ ਸਟੱਡ ਫਾਰਮ ਆਪਣਾ ਦੂਸਰੀ ਬਜ਼ੇਰੀ ਹੈਗੀ ਸਮੁੰਦਰ ਦੀ ਜੀ ਸਮੁੰਦਰ ਦੀ ਬੱਚੀ ਉਹਦੀ ਮਾਂ ਸਮੁੰਦਰ ਦੀ ਬੱਚੀ ਆ ਤੇ ਆਪ ਹੈਗੀ ਆ ਸਾਡੇ ਕੋਲ ਹੀ ਘੋੜਾ ਸੂਰਿਆ ਲੈਣ ਦਾ ਤੇ ਉਹਦੀ ਬੱਚੀ ਆ ਜੀ ਹਾਂਜੀ ਹੁਣ ਵੇਚੋਗੇ ਕਿੰਨੇ ਦੀਆਂ ਤੁਸੀਂ ਦੱਸੋ ਜੀ ਨਹੀਂ ਉਹ 13 ਤੁਹਾਡਾ ਸੁਣ ਲਿਆ ਦਸ ਵੀਹ ਘੱਟ ਹੋ ਜੂ ਕਿੰਨੇ ਦੀਆਂ ਵੇਚ ਕੇ ਰਾਜੀ ਹੋ ਲਾਸਟ ਤੇਰਾਂ ਬਾਰਾਂ ਨੂੰ ਛੱਡੋ ਹਾਂ ਨਾ ਤਾਂ ਜਵਾਬ ਦਿਓ ਹਾਂ ਨਾ ਹੀ ਆ ਦਸ ਵੀਹ ਘੱਟ ਕਰ ਲਓ ਹਲੋ 7 ਲੱਖ ਰੁਪਏ ਦੀਆਂ ਬਛੇਰੀਆਂ ਦੇ ਨਹੀਂ ਨਹੀਂ ਉਹ ਨਹੀਂ 7 ਤਾਂ ਪਿੰਡ ਹੀ ਮਿਲਦਾ ਸੀ ਫਿਰ ਵੇਚੋਗੇ ਕਿੰਨੇ ਦੀਆਂ ਤੁਸੀਂ ਦੱਸੋ ਬੱਜਮ ਹੀ ਮੈਂ ਤਾਂ ਇੱਕੋ ਹੀ ਗੱਲ ਸਾਬ ਕਹਿ ਦਿਓ ਸਾਬ ਕਹਿ ਦਿਓ ਵੀ ਇਹ ਵੇਚਾਂਗੇ ਨਹੀਂ ਯਾਰ ਬਾਹਲੇ ਨਾ ਲਾਉਂਦਾ ਜਿੱਥੇ ਤੀਕ ਮੈਨੂੰ ਕਿਹਾ ਉਹਨੇ ਲਾਉਣੇ ਹਾਂ ਕੋਈ ਨਹੀਂ ਤੇਰੇ ਕਹੇ ਤੋਂ ਬਿਨਾਂ ਨਹੀਂ ਮੈਂ ਲਾਉਂਦਾ ਹਲੇ ਨਹੀਂ ਨਹੀਂ 10 ਤੋਂ ਘੱਟ ਨਹੀਂ 10 ਤੋਂ ਘੱਟ ਨਹੀਂ ਦਿੰਦੇ ਕਿੰਨੇ ਦੀਆਂ ਵੇਚੋਗੇ ਹਾਂ ਜਣਾ 10 ਤੋਂ ਘੱਟ ਨਹੀਂ 10 ਤੋਂ ਘੱਟ ਨਹੀਂ 10 ਦੀਆਂ ਦੇਵਾਂਗੇ ਹੋਰ 10 20 ਕਰ ਦਿੰਨੇ ਨਹੀਂ ਨਹੀਂ ਛੋਟੇ ਭਾਈ ਵੇਚਣਾ ਚੰਗਾ ਛੋਟੇ ਭਾਈ ਵੇਚਣਾ ਚੰਗਾ ਕਿੰਨੇ ਦਾ ਰਾਜੀ ਹੋ ਫਿਰ ਤੁਸੀਂ ਤੁਸੀਂ ਦੱਸੋ ਤੁਸੀਂ ਸਾਫ ਲਾਭ ਜਨ ਚ ਪੰਚਾਇਤੀ ਸੌਦਾ ਲੈ ਤੂੰ ਵੀ ਧਾਰਾ ਹੱਥ ਮਾਲਕ ਦਾ 1 2 3 ਲੈ ਵੀ ਮੋੜੂ ਮਰਾਊ ਤੇ ਮਠਿਆਈ ਹੋ ਛੱਡ ਦੇ ਹੱਥ ਲੈ 10 ਘੱਟ ਹੈ ਨਹੀਂ ਯਾਰ ਜਾ ਜੀ 8 ਬਸ ਠੀਕ ਹੈ 10 ਘੱਟ 8 ਦੀਆਂ ਠੀਕ ਹੈ ਜੀ12 ਮਹੀਨੇ ਦੀ ਆ 16 ਦੀ ਆ ਜੀ ਉਹ ਸਾਲ ਦੀ
ਕਿਹੜੇ ਫਾਰਮ ਤੋਂ ਆਪਾਂ ਕਿਹੜਾ ਪਿੰਡ ਜੀ ਆਪਣਾ ਆਪਣੇ ਸੋਲਪੁਰ ਜਲੰਧਰ ਚ ਹਾਂ ਜਲੰਧਰ ਜ਼ਿਲ੍ਹਾ ਜਲੰਧਰ ਜੀ ਕਿਵੇਂ ਰਿਹਾ ਮੇਲਾ ਜੀ ਠੀਕ ਰਿਹਾ ਜੀ ਘੋੜੇ ਰੱਖਦੇ ਹੋ ਤਾਂ ਸ਼ੁਰੂ ਤੋਂ ਓਦਾਂ ਤਿੰਨ ਚਾਰ ਵਾਰੀ ਆਏ ਮੰਡੀ ਹਾਂਜੀ ਹਾਂਜੀ ਜਾਨਵਰ ਲੈ ਕੇ ਜੇ ਮੰਦਾ ਨਾ ਹੁੰਦਾ 12 ਲੱਖ ਰੁਪਏ ਦੀਆਂ ਸੀਗੀਆਂ ਜੀ ਸ਼ੇਰੀਆਂ ਹਾਂਜੀ 12 ਤੋਂ ਘੱਟ ਨਹੀਂ 1 ਰੁਪਿਆ ਵੀ ਜਾਂਦਾ ਹਾਂਜੀ ਠੀਕ ਬਸ ਮੰਦੇ ਦਾ ਕਰਕੇ ਹਾਂਜੀ ਹਾਂਜੀ ਚੰਗੇ ਜਾਨਵਰ ਦਾ ਖਰਚਾ ਗੱਲ ਪਾ ਸੀ ਹੁਣ ਚੰਗੀਆਂ ਸੀ ਲਹਿਰੀਆਂ ਬਾੜੇ ਦਾ ਜਾਨਵਰ ਕਿਹੜੇ ਸਟੱਡ ਫਾਰਮ ਆਪਣਾ ਧੰਨਵਾਦ ਧੰਨਵਾਦ ਤੁਹਾਡਾ।